ਬੂਆ ਜੀ ਬਿਲਕੁਲ ਠੀਕ ਹੋ ਜਾਣਗੇ, ਜੜ ਤੋਂ ਖਤਮ ਹੋ ਜੂਗੀ ਪ੍ਰੋਬਲਮ? ਹਾਂਜੀ ਜਰੂਰ ਜੀ, ਬਿਲਕੁਲ ਖਤਮ ਹੋ ਜੂ ਜੜ ਤੋਂ, ਸਾਡੇ ਫੁੱਫੜ ਜੀ ਨੂੰ ਹੋਈ ਸੀ। ਅੱਛਾ, ਇਸ ਕਰਨ ਦੇ ਨਾਲ ਬਿਲਕੁਲ ਸਹੀ ਹੋ ਗਏ? ਅੱਛਾ, ਤਾਂ ਫਿਰ ਬਹੁਤ ਵਧੀਆ ਗੱਲ ਆ, ਸਾਡੇ ਪੰਜਾਬ ਚ ਤਾਂ ਪ੍ਰੋਬਲਮ ਬਾਹਲੀ ਵਧੀ ਪਈ ਆ, ਤੇ ਵਧੀਆ ਸਗੋਂ ਠੀਕ ਹੋ ਜਾਣਗੇ ਸਾਰੇ। ਤੁਸੀਂ ਉਹਨਾਂ ਨੂੰ ਕਹੋ ਨਾ ਬਿਲਕੁਲ ਇਹ ਵਰਤ ਕੇ ਵੇਖਣ। ਹਾਂਜੀ ਬਿਲਕੁਲ ਸਹੀ ਗੱਲ ਆ। ਹਾਂਜੀ ਦੋਸਤੋ, ਤੁਹਾਨੂੰ ਵੀ ਦੱਸ ਦਿੰਨੇ ਆ, ਇਹਦੇ ਵਿੱਚ ਕੋਈ ਵੀ ਮਾਸਾ ਵੀ ਝੂਠ ਵਾਲੀ ਗੱਲ ਨਹੀਂ ਹੈਗੀ, ਤੇ ਭੂਆ ਜੀ ਨੇ ਦੱਸਿਆ ਜਿਵੇਂ ਸਾਰਾ ਕੁਝ, ਉਵੇਂ ਤੁਹਾਨੂੰ ਵੀ ਦੱਸਦੇ ਆ, ਵੀਡੀਓ ਨਾਲ ਬਣੇ ਰਹੋ ਤੇ 100% ਤੁਸੀਂ ਵੀ ਜਿਹੜਾ ਕਿ ਠੀਕ ਹੋ ਜਾਓਗੇ। ਭੂਆ ਜੀ ਤੁਹਾਨੂੰ ਅਸਰ ਹੋਣ ਲੱਗ ਗਿਆ ਜੀ? ਹਾਂਜੀ। ਤੇ ਕਿੰਨਾ ਕੁ ਟਾਈਮ ਲੱਗ ਜਾਂਦਾ, ਮਤਲਬ ਕਿ ਜਦੋਂ ਆਪਣੇ ਮੂੰਹ ਚ ਟੇਸਟ ਆਉਣ ਲੱਗ ਜਾਂਦਾ? ਬਸ 10-15 ਮਿੰਟ ਚ, ਅੱਧਾ ਘੰਟਾ ਪੌਣਾ ਲਾ ਲਓ ਸਮਝ ਲਓ ਇੰਨਾ ਕੁ। ਹਾਂ ਵੀ ਕਿਸੇ ਨੂੰ ਵੱਧ ਟਾਈਮ ਲੱਗ ਜਾਂਦਾ, ਟਾਈਮ ਲੱਗ ਜਾਂਦਾ, ਕਿਸੇ ਨੂੰ ਘੱਟ ਲੱਗ ਜਾਂਦਾ। ਹਾਂਜੀ ਦੋਸਤੋ, ਤੁਹਾਨੂੰ ਸਾਰਾ ਦੱਸਦੇ ਆ, ਪਰ ਉਸ ਤੋਂ ਪਹਿਲਾਂ ਦੋਸਤਾਂ ਦੇ ਨਾਮ ਬੋਲ ਦਈਏ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੂੰ ਕਮੈਂਟ ਕੀਤੇ ਸੀ। ਪਹਿਲਾ ਨਾਮ ਹੈ ਜੀ ਸ੍ਰਿਸ਼ਟੀ, ਉਸ ਤੋਂ ਬਾਅਦ ਨੇ ਜੀ ਸਤਿੰਦਰ ਕੌਰ, ਬਲਵਿੰਦਰ ਕੌਰ, ਰਜਿੰਦਰ ਸਿੰਘ ਬਟਾਲਾ ਤੋਂ, ਸੁਮਨ ਰਾਣੀ, ਕਿਰਨ ਖਰੋੜ। ਦੋਸਤੋ ਸਾਡੇ ਭੂਆ ਜੀ ਆਏ ਹੋਏ ਸੀ ਜੀ ਰਾਜਸਥਾਨ ਤੋਂ, 26H ਤੋਂ, ਤੇ ਉਹਨਾਂ ਨੇ ਸਾਨੂੰ ਇੱਕ ਬਹੁਤ ਹੀ ਵਧੀਆ ਮਤਲਬ ਕਿ ਗੱਲ ਦੱਸੀ ਵੀ ਸ਼ੂਗਰ ਤੋਂ, ਕਿਉਂਕਿ ਅੱਜ ਕੱਲ੍ਹ ਸ਼ੂਗਰ ਦੇ ਮਰੀਜ਼ ਬਹੁਤ ਹੀ ਜ਼ਿਆਦਾ ਹੋ ਗਏ, ਤੇ ਸਾਡੇ ਫੁੱਫੜ ਜੀ ਨੂੰ ਵੀ ਸ਼ੂਗਰ ਸੀਗੀ, ਤੇ ਉਹਨਾਂ ਦੀ ਜਿਹੜੀ ਸ਼ੂਗਰ ਹੈ ਬਹੁਤ ਹੀ ਜਲਦੀ ਬਿਲਕੁਲ ਨੋਰਮਲ ਹੋ ਗਈ ਸੀ, ਤੇ ਹੁਣ ਭੂਆ ਜੀ ਨੂੰ ਵੀ ਥੋੜ੍ਹੀ ਜਿਹੀ ਪ੍ਰੋਬਲਮ ਹੋ ਗਈ ਸੀਗੀ, ਤੇ ਉਹ ਵੀ ਇਸ ਚੀਜ਼ ਨੂੰ ਅਪਣਾ ਕੇ ਜਿਹੜੇ ਕਿ ਦਿਨਾਂ ਦੇ ਵਿੱਚ ਹੀ ਠੀਕ ਹੋ ਗਏ, ਉਹਨਾਂ ਦੀ ਸ਼ੂਗਰ ਬਿਲਕੁਲ ਨੋਰਮਲ ਹੋ ਗਈ। ਇਹਦੇ ਲਈ ਤੁਹਾਨੂੰ ਸਿਰਫ 2 ਚੀਜ਼ਾਂ ਦੀ ਜ਼ਰੂਰਤ ਹੈਗੀ ਹੈ, ਤੇ ਆਜੋ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਚੀਜ਼ਾਂ ਨੇ ਉਹ 2 ਤੇ ਕਿਵੇਂ ਉਹ ਵਰਤਣੀ। ਲਓ ਜੀ ਦੋਸਤੋ, ਹੁਣ ਭੂਆ ਜੀ ਦੱਸਦੇ ਆ ਵੀ ਕਿਵੇਂ ਆਪਾਂ ਜਿਹੜੀ ਕਿ ਸ਼ੂਗਰ ਠੀਕ ਕਰ ਸਕਦੇ ਹਾਂ, ਤੇ ਭੂਆ ਜੀ ਹੁਣ ਕਰੋ ਕਿਵੇਂ ਪ੍ਰੋਸੈਸ ਕਰਨਾ ਹੁੰਦਾ? ਹੁਣ ਫਿਰ ਇਸ ਤਰ੍ਹਾਂ ਕਰਦੇ ਨਾ ਆਪਾਂ ਕਰੇਲਿਆਂ ਨੂੰ ਇਸ ਤਰ੍ਹਾਂ ਕੱਟ ਕੱਟ ਕੇ। ਅੱਛੀ ਕਹਿ ਜੀ, ਵੀ ਛੋਟੇ ਛੋਟੇ ਪੀਸ ਕੱਟ ਕੇ? ਹਾਂਜੀ ਛੋਟੇ ਛੋਟੇ ਪੀਸ ਬਣਾ ਲੈਣੇ ਇਸ ਤਰ੍ਹਾਂ। ਠੀਕ ਹੈ ਜੀ। ਅੱਛਾ ਭੂਆ ਜੀ, ਨਿੱਕੇ ਨਿੱਕੇ ਪੀਸ ਕਰ ਲੈਣੇ? ਨਿੱਕੇ ਨਿੱਕੇ ਪੀਸ ਬਣਾ ਲੈਣੇ ਇਸ ਤਰ੍ਹਾਂ ਜੀ। ਠੀਕ ਹੈ ਜੀ। ਤੇ ਕਿੰਨੇ ਕੁ ਕਰੇਲੇ ਮਤਲਬ ਕਿ ਚਾਹੀਦੇ ਆਪਾਂ? ਬਸ ਕੋਈ 10-12 ਕਰੇਲੇ ਆਉਣੇ ਨੇ। ਠੀਕ ਹੈ ਜੀ। ਤੇ ਇਹ ਮਤਲਬ ਕਿ ਹੁਣ ਕਰੇਲੇ ਆਪਾਂ ਕੱਟ ਕੇ ਪਾ ਲੈਣੇ ਆ ਪਾਣੀ ਦੇ ਵਿੱਚ, ਤੇ ਕਿੰਨਾ ਕੁ ਪਾਣੀ ਪਾਉਣਾ ਆਪਣਾ? ਪਾਣੀ 1 ਕਿਲੋ 1.5 ਕਿਲੋ ਇੰਨਾ ਕੀ ਹੋਵੇ ਵੀ ਜਿੰਨੇ ਚ ਆਪਣੇ ਪੈਰ ਜੇ ਡੁੱਬ ਜਾਣ? ਆਪਣੇ ਪੈਰ ਡੁੱਬ ਜਾਣ। ਠੀਕ ਹੈ ਜੀ। ਤੇ ਫਿਰ ਇਹ ਕਿੰਨਾ ਚਿਰ ਮਤਲਬ ਕਿ ਪੈਰ ਕਿੰਨਾ ਚਿਰ ਲਾ ਕੇ? ਇਸ ਤਰ੍ਹਾਂ ਇਹਨਾਂ ਨੂੰ ਪੈਰਾਂ ਆਪਾਂ ਪੈਰਾਂ ਸਾਰੇ ਕੱਟ ਕਰੇਲੇ ਕੱਟ ਕੇ ਵਿੱਚ ਪਾ ਲੈਣੇ ਪੀਸ ਕਰਕੇ। ਹਾਂਜੀ। ਫਿਰ ਆਪਾਂ ਪੈਰਾਂ ਨਾਲ ਇਸ ਕੋ ਨਾ ਮਸਲਣਾ ਹੈ। ਠੀਕ ਹੈ ਜੀ। ਫਿਰ ਮਤਲਬ ਕਿ ਪੈਰਾਂ ਨਾਲ ਵੀ ਇਹਦਾ ਜੂਸ ਨਿਕਲ ਜੂਗਾ, ਅਸਰ ਸਾਰਾ ਪਾਣੀ ਚ ਆ ਜੇ? ਪਾਣੀ ਚ ਆਏਗਾ। ਠੀਕ ਹੈ ਜੀ। ਤੇ ਫਿਰ ਮਤਲਬ ਕਿ ਫਿਰ ਪਾਣੀ ਦੇ ਵਿੱਚ ਆਪਾਂ ਕਿੰਨਾ ਕੁ ਟਾਈਮ ਰੱਖਣੇ ਆ ਵੀ ਪੈਰ? ਪੈਰ ਇਸ ਤਰ੍ਹਾਂ ਜਿੰਨਾ ਚਿਰ ਆਪਾਂ ਲੱਗ ਰਹੀ ਹੈ ਜਿਸ ਤਰ੍ਹਾਂ ਆਪਣੇ ਮੂੰਹ ਦੇ ਵਿੱਚ ਇਹਨਾਂ ਕਰੇਲੇ ਦਾ ਜੂਸ ਦਾ ਅਸਰ ਨਹੀਂ ਆਉਂਦਾ, ਉਹਨੇ ਚਿਰ ਆਪਾਂ ਵੀ ਕਰਦੇ ਰਹਿਣਾ ਵੀ ਕੜੱਤਣ ਕੜੱਤਣ ਜੀ ਆ ਜਾਵੇ ਮੂੰਹ ਚ ਆ ਜਾਵੇ। ਅੱਛਾ ਵੀ ਮਤਲਬ ਕਿ ਪੈਰਾਂ ਨਾਲ ਆਪਾਂ ਇਹਨੂੰ ਲਤੜਾਂਗੇ? ਲਤੜਾਂਗੇ। ਹਾਂਜੀ। ਤੇ ਫਿਰ ਉਹਦਾ ਅਸਰ ਆਪਣੇ ਮੂੰਹ ਚ ਆ ਜਾਵੇ? ਮੂੰਹ ਚ ਆ ਜਾਵੇਗਾ। ਠੀਕ ਹੈ। ਤੇ ਫਿਰ ਇਹਦੇ ਨਾਲ ਵੀ ਮਤਲਬ ਕਿ ਆਪਾਂ ਨੂੰ ਰੋਜ਼ ਕਰਨਾ ਪਊਗਾ ਇਹ ਵੀ ਜਿਨ੍ਹਾਂ ਦੀ ਸ਼ੂਗਰ ਜ਼ਿਆਦਾ ਹੁੰਦੀ ਉਹਨਾਂ ਨੂੰ? ਹਾਂਜੀ। ਅੱਛਾ ਜੀ। ਤੇ ਫੁੱਫੜ ਜੀ ਨੂੰ ਮਤਲਬ ਕਿ ਵਧੀਆ ਨੋਰਮਲ ਹੋ ਗਈ ਸ਼ੂਗਰ? ਬਿਲਕੁਲ ਨਾ। ਕਿੰਨਾ ਕੁ ਉਹਨਾਂ ਨੇ ਟਾਈਮ ਕੀਤਾ ਸੀਗਾ? ਬਸ ਥੋੜਾ ਹੀ ਟਾਈਮ ਕਸ਼ਟ ਕੀਤਾ ਜੀ, ਛੇਤੀ ਮੈਂ ਬਿਲਕੁਲ ਸਹੀ ਹੋ ਗਏ ਸੀ ਵਧੀਆ। ਅੱਛਾ ਜੀ। ਹਾਂਜੀ। 6-4 ਮਹੀਨੇ 6 ਮਹੀਨੇ ਇੰਨਾ ਟਾਈਮ ਲੱਗਿਆ। ਠੀਕ ਹੈ ਜੀ। ਬਿਲਕੁਲ ਸਹੀ ਨੋਰਮਲ ਉਹਨਾਂ ਸ਼ੂਗਰ ਹੋ ਗਈ। ਠੀਕ ਹੈ ਜੀ। ਤੇ ਤੁਹਾਨੂੰ ਤਾਂ ਜੇ ਮਾੜੀ ਜੀ ਸ਼ਿਕਾਇਤ ਜੀ ਹੋਈ ਸੀ? ਬਸ ਸ਼ਿਕਾਇਤ ਜੀ ਹੋਈ ਸੀ, ਮੈਂ ਛੇਤੀ ਫਿਰ ਇੰਨਾ ਉਹਨਾਂ ਦਾ ਬਿੱਲ ਵੇਖ ਕੇ ਤੇ ਇਸ ਤਰ੍ਹਾਂ ਕੀਤਾ। ਹਾਂਜੀ ਲਿਆਂ ਦਾ। ਠੀਕ ਹੈ ਜੀ। ਸੋ ਦੋਸਤੋ ਤੁਸੀਂ ਕੀ ਕਰਨਾ ਜੀ, ਤੁਸੀਂ ਜਿਹੜਾ ਕਿ 5-7 ਕਰੇਲੇ ਲੈ ਲੈਣੇ ਆ ਤੇ ਕਿਲੋ ਕੁ ਲੈ ਲੈਣਾ ਪਾਣੀ, ਤੇ ਜਿਨ੍ਹਾਂ ਨੂੰ ਬਹੁਤ ਸਾਰੀ ਸ਼ੂਗਰ ਆ ਤੇ ਉਹਨਾਂ ਨੇ ਜਿਹੜੇ ਕਿ ਪਾਣੀ ਦੇ ਵਿੱਚ ਪੈਰ ਹਨਾ ਡੁਬੋ ਕੇ ਯਾਨੀ ਕਿ ਖੜੇ ਹੋ ਕੇ ਤੁਸੀਂ ਲਤੜੀ ਜਾਣਾ, ਯਾਨੀ ਕਿ ਜਿੰਨਾ ਚਿਰ ਪਚਿੰਗਰ ਨਹੀਂ ਨਿਕਲਦਾ ਕਰੇਲਿਆਂ ਦਾ ਤੇ ਤੁਹਾਡੇ ਮੂੰਹ ਦੇ ਵਿੱਚ ਕੌੜਾ ਪਾਣੀ ਆਉਂਦਾ ਹਨਾ,
ਕਈਆਂ ਦੇ ਤਾਂ 20 ਮਿੰਟਾਂ ਦੇ ਵਿੱਚ ਕੜਤਨ ਆ ਜਾਂਦੀ ਹੈ ਮੂੰਹ ਦੇ ਵਿੱਚ, ਕਈਆਂ ਦੇ ਘੰਟਾ ਵੀ ਲੱਗ ਜਾਂਦਾ ਹੈ ਨਾ। ਤੇ ਇਹ ਤੁਸੀਂ ਡੇਲੀ ਕਰਨਾ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ। ਵੈਸੇ ਤਾਂ ਕਹਿੰਦੇ ਹੁੰਦੇ ਆ ਵੀ ਕਰੇਲੇ ਦਾ ਜੂਸ ਵੀ ਸ਼ੂਗਰ ਵਾਸਤੇ ਬਹੁਤ ਵਧੀਆ ਹੀ ਹੁੰਦਾ ਤੇ, ਪਰ ਉਹ ਥੋੜਾ ਜਿਹਾ ਕੜਵਾ ਹੁੰਦਾ ਨਾ, ਪੀਣਾ ਵੀ ਬਹੁਤ ਔਖੀ ਗੱਲ ਆ ਵੀ ਚਲੋ ਜਦੋਂ ਪ੍ਰੋਬਲਮ ਹੋਵੇ ਉਦੋਂ ਆਪਾਂ ਪੀ ਵੀ ਲੈਂਦੇ ਹਾਂ ਹਨਾ, ਤੇ ਪਰ ਆਹ ਵਾਲੀ ਤੁਸੀਂ ਚੀਜ਼ ਜਿਹੜੀ ਕਿ ਅਪਣਾ ਸਕਦੇ ਹੋ ਤੇ ਜਿਹਦੇ ਨਾਲ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈਗਾ ਤੇ ਸ਼ੂਗਰ ਤੁਹਾਡੀ ਨੋਰਮਲ ਹੋ ਜੂਗੀ। ਇਹ ਸਾਡੇ ਭੂਆ ਜੀ ਨੇ ਸਾਨੂੰ ਦੱਸਿਆ, ਕੋਈ ਇਹਦੇ ਵਿੱਚ ਝੂਠ ਨਹੀਂ ਹੈਗੀ, ਤੁਸੀਂ ਇਸ ਬਾਰੇ ਸਰਚ ਵੀ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਇਹ ਪ੍ਰੋਬਲਮ ਅੱਜ ਕੱਲ੍ਹ ਡਾਇਬਟੀਜ਼ ਦੀ ਬਹੁਤ ਜ਼ਿਆਦਾ ਸਭ ਕਿਸੇ ਨੂੰ ਹੋਈ ਪਈ ਹੈ ਤੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।